ਜਿਹਨੂੰ ਅੱਜ ਨੂੰ ਮੰਨੀ ਨਹੀਂ ਕਹਿਣਾ ਸਿਰਾ ਹੀ ਕਰਾ ਦਿਮਾਗ ਦੇ ਚਰਚੇ ਆ ਵੋਟੋ ਖੁਸ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋਵੋਗੇ ਮੋਟਾ ਜੀ ਡਰਾਈਵ ਕਰਦੇ ਹੋਏ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਮੰਨੀ ਦੇ ਵੱਡੇ ਦਿਓਰ ਅਤੇ ਉਹ ਛੋਟਾ ਦਿਓਰ ਅਤੇ ਇਹ ਮਨਦੀਪ ਦੇ ਫਾਦਰ ਇਨ ਲਾਅ ਅਤੇ ਉਹ ਪਿੱਛੇ ਮਨਦੀਪ ਕੌਰ ਜਿਹਨੂੰ ਅੱਜ ਇਹਨੂੰ ਮੰਨੀ ਨਹੀਂ ਕਹਿਣਾ ਅਤੇ ਅੱਜ ਬਹੁਤ ਹੀ ਘੈਂਟ ਦੇਣਾ ਅੱਜ ਦਾ ਜਿਹੜਾ ਵਲੌਗ ਆ ਇਹਨਾਂ ਨੂੰ ਗੱਡੀ ਦਵਾ ਦੇਣੀ ਆ ਸਕਾਰਪੀਓ ਅਤੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਸਕਾਰਪੀਓ ਦੀ ਵੇਟਿੰਗ ਕਿੰਨੀ ਜ਼ਿਆਦਾ ਆ ਛੇ ਛੇ ਸੱਤ ਸੱਤ ਅੱਠ ਅੱਠ ਮਹੀਨੇ ਤਾਂ ਨੋਰਮਲ ਆ ਲੋਕਾਂ ਨੂੰ ਮਿਲਦੀ ਜਿਹੜੀ ਇੰਨੇ ਟਾਈਮ ਬਾਅਦ ਅਤੇ ਆਪਾਂ ਉਹ ਆਪਣਾ ਮਿੱਤਰ ਜਿੱਤੋਂ ਆਹ ਸਕਾਰਪੀਓ ਹੋਈ ਜਿਹੜੇ ਪੁਰਾਣੇ ਵਿਊਵਰ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਅੱਜ ਫਿਰ ਵੀਰ ਕੋਲ ਚੱਲੇ ਹਾਂ ਅਤੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹਦਾ ਨੰਬਰ ਨੂੰ ਐਡ ਕੀ ਤੁਸੀਂ ਰੱਖ ਲਿਓ ਸਾਂਭ ਕੇ ਤੁਹਾਨੂੰ ਐਟ ਏ ਟਾਈਮ ਗੱਡੀ ਚਾਹੀਦੀ ਹੋਈ ਅਤੇ ਮਿਲ ਜੂਗੀ ਉਹ ਬੰਦਾ ਤੁਹਾਨੂੰ ਗੱਡੀ ਇਕੱਲਾ ਦਵਾ ਸਕਦਾ ਅਤੇ ਇਹਨਾਂ ਨੂੰ ਫੈਮਿਲੀ ਤਿੰਨ ਚਾਰ ਦਿਨ ਹੋ ਗਏ ਆ ਅਤੇ ਕਿੰਨੇ ਟਾਈਮ ਵੱਜ ਗਏ ਪੰਜ ਵੱਜ ਗਏ ਆ ਸ਼ਾਮ ਦੇ ਅਤੇ ਕਹਿੰਦੇ ਗੱਡੀ ਅੱਜ ਹੀ ਲੈ ਕੇ ਆਉਣੀ ਆ ਹਾਂ ਅਤੇ ਇਹਨਾਂ ਦੇ ਵੀ 11 ਵੱਜ ਜਾਣੇ ਮੇ ਬੀ ਅਤੇ ਗੱਡੀ ਆਈ ਖੜੀ ਆ ਨਹੀਂ ਆਉਂਦੀ ਪਈ ਆ ਸ਼ਾਇਦ ਰਸਤੇ ਦੇ ਵਿੱਚ ਆ ਅਸੀਂ ਦਰਾਹਾ ਪਾਰ ਕਰ ਚੱਲੇ ਹਾਂ ਅਤੇ ਅਸੀਂ ਜਾਣਾ ਵਾ ਹਜੇ ਇੱਥੋਂ ਵੀ 60 ਕਿਲੋਮੀਟਰ ਅੱਗੇ ਅਤੇ ਘੰਟੇ ਦੇ ਵਿੱਚ ਅਸੀਂ ਪਹੁੰਚ ਜਾਣਾ ਅਤੇ ਗੱਡੀ ਆਪਾਂ ਇਹਨਾਂ ਨੂੰ ਅੱਜ ਦਵਾ ਦੇਣੀ ਤਾਂ ਹੋ ਜਾਣੀਆਂ ਨਾਲ ਪਾਰਟੀਆਂ ਸ਼ਾਲਟੀਆਂ ਸ਼ਾਮ ਨੂੰ ਬਾਕੀ ਹਾਂ ਰੋਜ਼ ਰੋਜ਼ ਤੇ ਚੀਜ਼ਾਂ ਲੈਣ ਨੂੰ ਦਿਲ ਵੀ ਚਾਹੀਦਾ ਬਹੁਤ ਵੱਡਾ ਹਾਂ ਤੇ ਚਲੋ ਬਾਕੀ ਮਿਲਦੇ ਹਾਂ ਤੁਹਾਨੂੰ ਜਾ ਕੇ ਵੀਰ ਨਾਲ ਗੱਲਬਾਤ ਕਰਦੇ ਹਾਂ ਅਤੇ ਕੀ ਹਿਸਾਬ ਕਿਤਾਬ ਆ ਦੱਸਦੇ ਤੁਹਾਨੂੰ ਸਾਰਿਆਂ ਨੂੰ ਅਤੇ ਹੁਣ ਆਹ ਸਕੂਟਰੀਆਂ ਵੀ ਈਵੀ ਆ ਗਈਆਂ ਨਾ ਇਲੈਕਟ੍ਰੀਕਲ ਜਿਹੜੀਆਂ ਇਲੈਕਟ੍ਰੀਕਲ ਈਵੀ ਵੀ ਹੋ ਜਾਂਦੀਆਂ ਵਾ ਨਹੀਂ ਇਲੈਕਟ੍ਰੀਕਲ ਈਵੀ ਦਾ ਮਤਲਬ ਇਲੈਕਟ੍ਰੀਕਲ ਵਹੀਕਲ ਮੋਟੇ ਦਿਮਾਗ ਗਿਆ ਬਸ ਕਰਿਆ ਕਰ ਤੂੰ ਬਹੁਤ ਦਿਮਾਗ ਦਿਮਾਗ ਦਾ ਬਹੁਤ ਆ ਦਿਮਾਗ ਤਾਂ ਇਹਦਾ ਦੇਖ ਤੂੰ ਇੱਧਰ ਬਾਂਹ ਮੋਟੀ ਵੇ ਗੱਡੀ ਧੌਣ ਮੋਟੀ ਵੇ ਗੱਡੀ ਦਿਮਾਗ ਹੋਏ ਕਿੱਡਾ ਮੋਟਾ ਬਹੁਤ ਦਿਮਾਗ ਤੇਜ਼ ਤਾਂ ਦਿਮਾਗ ਬਹੁਤ ਆ ਤੇਜ਼ ਦਿਮਾਗ ਦਾ ਤਾਂ ਔਰ ਰਵਿੰਦਰ ਵੀਰ ਨੂੰ ਪਤਾ ਸਿਰਾ ਹੀ ਕਰਾ ਦਿਮਾਗ ਦੇ ਚਰਚੇ ਆ ਇਹਦੇ ਵੀ ਓਨੇ ਹੀ ਆ ਉਹ ਇਹਦੇ ਵੀ ਓਨੇ ਫਰੈਂਡਸ ਆ ਬ੍ਰਦਰਸ ਆ ਸੋ ਮਿਲਦੇ ਆ ਵਲੌਗ ਕੰਟੀਨਿਊ ਰੱਖਾਂਗੇ ਨਹੀਂ ਦਹੀਂ ਵੀ ਦੇਣਾ ਇਹਨਾਂ ਨਾਲ ਨਹੀਂ ਮਿਕਸ ਤਾਂ ਨਹੀਂ ਕੱਲੀਆਂ ਪਾਪੜੀਆਂ ਲੱਗਣ ਲਈਆਂ ਗੱਡੀ ਨਹੀਂ ਉੱਥੇ ਮਿਲ ਰਹੀ ਸੀ ਹਜੇ ਕੋਈ 6 ਤੋਂ 8 ਮਹੀਨੇ ਦੀ ਵੇਟਿੰਗ ਤਾਂ ਨੋਰਮਲ ਚੱਲਦੀ ਨਾ ਪੰਜਾਬ ਕਿੰਨੀ ਚੱਲਦੀ ਹੋਣੀ ਸਾਨੂੰ ਲਾਸਟ ਅਸੀਂ ਪਰਸੋਂ ਗੱਲ ਕੀਤੀ ਅੱਜ ਗੱਡੀ ਲੈ ਚਲੇ ਹਾਂ ਕੱਲ ਸਾਡਾ ਬੈਂਕ ਦਾ ਜੋ ਵੀ ਸੀ ਕੰਮ ਕਾਮ ਹੋ ਗਿਆ
ਤੇ ਅੱਜ ਸਾਡੀ ਗੱਡੀ ਸਾਨੂੰ 8 ਵਜੇ ਮਿਲ ਗਈ ਤੇ ਅੱਜ ਹੀ ਲੈ ਕੇ ਚੱਲੇ ਤੀਜੇ ਦਿਨ ਹੀ ਗੱਡੀ ਗੱਡੀ ਉਦੋਂ ਹੀ ਮਿਲਦੀ ਸਾਨੂੰ ਸਾਡੀ ਥੋੜ੍ਹੀ ਜੀ ਹੈਗੀ ਪ੍ਰੋਬਲਮ ਨਾਲ ਦੀ ਪੈਸੇ ਪੂਰੇ ਪਾਸੇ ਇਕੱਠੇ ਇਕੱਠੇ ਕਰਕੇ ਦਿੱਤੇ ਇਹਨਾਂ ਨੂੰ ਤੇ ਪਹਿਲੀਆਂ 25,000 ਕਾਰਾਂ ਜਿਹੜੀਆਂ ਹੋਣੀਆਂ ਉਹਨਾਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਦਾ ਜੋ ਲੋਕ ਵੇਖਦੇ ਆ ਬਿਲਕੁਲ ਤੁਹਾਡੇ ਲਈ ਵੀ ਇੱਕ ਹੈਗੀ ਆ ਉਹਦੇ ਚ ਗੱਡੀਆਂ ਆਪਣਾ ਆਫਿਸ ਹੈਗਾ ਆ ਰਾਜਪੁਰੇ ਆਪਣਾ ਨਿਊ ਬੱਸ ਸਟੈਂਡ ਦੇ ਕੋਲ ਜਿਹੜਾ ਆਪਾਂ ਨੂੰ ਪਟਿਆਲਾ ਪੈਂਦਾ ਜੀ ਅਤੇ ਔਨ ਦਾ ਵੇ ਦਿੱਲੀ ਵਾਲੇ ਰੋਡ ਦੇ ਉੱਪਰ NH1 ਦੇ ਉੱਪਰ ਸਾਡਾ ਆਫਿਸ ਹੈ ਅਕਾਲ ਫਾਈਨੈਂਸ਼ੀਅਲ ਸਰਵਿਸ ਦੇ ਨਾਮ ਤੋਂ ਸਾਡਾ ਆਫਿਸ ਹੈ ਜੀ ਤੁਹਾਨੂੰ ਕਿਸੇ ਵੀ ਕਾਰ ਦੀ ਇੰਕੁਆਇਰੀ ਹੈ ਲਾਈਕ ਸਕੋਰਪੀਓ ਥਾਰ 4x2 ਫੋਰਚੂਨਰ ਹਿਲਕਸ ਅਤੇ ਹਾਈ ਕ੍ਰੋਸ ਇਨੋਵਾ ਅਤੇ ਕੋਈ ਵੀ ਤੁਹਾਨੂੰ ਇੰਕੁਆਇਰੀ ਹੈ ਕੋਈ ਵੀ ਮਤਲਬ ਕਿਸੇ ਵੀ ਕਾਰ ਦੀ ਕੀਆ ਲੈਣੀ ਆ ਤੁਸੀਂ ਭਾਵੇਂ ਫੋਰਚੂਨਰ ਲੈਣੀ ਆ ਤੁਸੀਂ ਭਾਵੇਂ ਟਾਟਾ ਦੀ ਕੋਈ ਗੱਡੀ ਲੈਣੀ ਆ ਟਾਟਾ ਦੀ ਕਾਰਾਂ ਦੀ ਅੱਜ ਕੱਲ੍ਹ ਬਹੁਤ ਗਰੇਸ ਆ ਕੋਈ ਲਗਜ਼ਰੀ ਕਾਰ ਲੈਣੀ ਮੰਨ ਲਓ BMW ਲੈਣੀ ਆ ਮਰਸਡੀਜ਼ ਲੈਣੀ ਆ ਠੀਕ ਹੈ ਨਾ ਕੋਈ ਵੀ ਕਾਰ ਤੁਸੀਂ ਲੈਣੀ ਆ ਤਾਂ ਔਨ ਦਾ ਸਪੋਟ ਸਾਡੇ ਵੱਲੋਂ ਹਾਜ਼ਰ ਆ ਜਿਹੜੀ ਕਾਰ ਦੀ ਵੇਟਿੰਗ ਖਾਸ ਕਰਕੇ ਜਿਹੜੀ ਕਾਰਾਂ ਦੀ ਵੇਟਿੰਗ ਆ ਉਹ ਸਾਡੇ ਕੋਲ ਮੌਕੇ ਤੇ ਹਾਜ਼ਰ ਹੁੰਦੀਆਂ ਨੇ ਤੇ ਤੁਹਾਨੂੰ ਕੋਈ ਲੋਨ ਕਰਾਉਣਾ ਆ ਕੁਛ ਵੀ ਕਰਾਉਣਾ ਆ ਸਾਡੀ ਜ਼ਿੰਮੇਵਾਰੀ ਆ ਕੰਟੈਕਟ ਨੰਬਰ ਹੈਗਾ ਜੀ ਮੇਰਾ 8334000485 ਵਟਸਐਪ ਕਰ ਸਕਦੇ ਹੋ ਤੁਸੀਂ ਕਾਲ ਵੀ ਕਰ ਸਕਦੇ ਹੋ ਕੁਝ ਵੀ ਜਿੱਦਾਂ ਤੁਹਾਨੂੰ ਸਹੀ ਲੱਗੇ ਬਕਾਇਦਾ ਸਕਰੀਨ ਤੇ ਚਲਾ ਦਾਂਗੇ ਸ਼ਾਹ ਇੱਕ ਗੱਲ ਲੋਕਾਂ ਨੂੰ ਕਿ ਇੱਥੋਂ ਗੱਡੀ ਚੱਕ ਲਈ ਇਹ ਨਵੀਂ ਨਹੀਂ ਹੋਣੀ ਇਹ ਪੁਰਾਣੀ ਹੋਊਗੀ ਜੇ ਤੁਸੀਂ ਚਾਹੁੰਦੇ ਏਜੰਸੀ ਕਿਉਂ ਚਗਾ ਤੁਸੀਂ ਸ਼ੋਰੂਮ ਜਾ ਕੇ ਆਪ ਲੈ ਕੇ ਆ ਸਕਦੇ ਹੋ ਆਪਣੀ ਤਸੱਲੀ ਕਰਕੇ ਪਹਿਲਾਂ ਨਹੀਂ ਅਦਰ ਸਟੇਟ ਚ ਸਾਨੂੰ ਮੰਗਾ ਕੇ ਦਿੱਤੀ ਸਾਈ ਉੱਤੇ ਜਾਣਾ ਆਦਾ ਪੋਸੀਬਲ ਨਹੀਂ ਦੂਰ ਬਹੁਤ ਸੀ ਸੋ ਅਸੀਂ ਇੱਥੋਂ ਗੱਡੀ ਰਿਸੀਵ ਕਰਨਾ 0 ਮੀਟਰ ਚੈੱਕ ਕਰਵਾ ਦੇਣੇ ਤੁਹਾਨੂੰ ਟੈਂਪਰੇਰੀ ਨੰਬਰ ਲੱਗ ਕੇ ਆ ਤੇ ਅਜੇ ਬਕਾਇਦਾ ਦੇ ਬੈਲ ਬੁੱਲ ਤਰਨੇ ਨੇ ਤੇ ਸ਼ਾਹ ਨੇ ਸਾਨੂੰ ਗੱਡੀ ਦਿੱਤੀ ਹੈ ਬਸ ਤੇ ਮਤਲਬ ਆਪਾਂ ਇਦਾਂ ਨਹੀਂ ਹੈਗਾ ਵੀ ਤੁਸੀਂ ਸਾਡੇ ਕੋਲ ਇੱਥੋਂ ਰਿਸੀਵ ਕਰਨੀ ਹੈ ਗੱਡੀ ਤੁਸੀਂ ਘਰੋਂ ਗਏ ਆਪਣੇ ਅਸੀਂ ਘਰੇ ਵੀ ਹੋਮ ਡਿਲੀਵਰੀ ਦੇ ਦਿੰਦੇ ਹਾਂ ਤੁਸੀਂ ਸ਼ੋਰੂਮ ਜਾ ਕੇ ਆਪਣੀ ਚੈੱਕ ਕਰਕੇ ਲੈ ਕੇ ਆਉਣੀ ਭਾਵੇਂ ਪਹਿਲਾਂ ਜਾ ਕੇ ਗੱਡੀ ਚੈੱਕ ਕਰੋ ਉਸ ਤੋਂ ਬਾਅਦ ਪੇਮੈਂਟ ਪਾਓ ਸਾਰੀ ਪਹਿਲੇ ਨਾਲ ਮਤਲਬ ਤਸੱਲੀ ਕਰੋ ਆਪਣੀ ਜਿੱਥੋਂ ਤੱਕ ਤੁਹਾਡੀ ਹੋ ਸਕਦੀ ਆ ਉਸ ਤੋਂ ਬਾਅਦ ਤੁਸੀਂ ਜਾ ਕੇ ਪੈਸੇ ਦਿਓ ਏਜੰਸੀ ਨੂੰ ਦਿਓ ਮਤਲਬ ਠੀਕ ਹੈ ਨਾ ਮਨੇ ਮਾੜੀ ਮੋਟੀ ਬੁਕਿੰਗ ਰਹਿੰਦੀ ਪਹਿਲਾਂ ਉਹ ਤੁਹਾਨੂੰ ਪਤਾ ਕਰਾਉਣੀ ਪੈਂਦੀ ਬੰਦਾ ਅਗਲਾ ਤਾਂ ਐਡਰੈਸ ਦੱਸਦਾ ਆ ਠੀਕ ਹੈ ਨਾ ਤੇ ਬਾਕੀ ਕੋਈ ਵੀ ਗੱਡੀ ਕਿਸੇ ਵੀ ਕਾਰ ਦੀ ਇਨਕੁਆਇਰੀ ਆ ਕੋਈ ਲੋਨ ਦੇ ਰਿਗਾਰਡਿੰਗ ਇਨਕੁਆਇਰੀ ਆ ਨਵੀਂ ਕਾਰ ਦੀ ਤਾਂ ਆਪਾਂ ਹਾਜ਼ਰ ਆ ਜੀ ਆਲ ਟਾਈਮ ਤੁਸੀਂ ਕਦੇ ਵੀ 24 ਘੰਟਿਆਂ ਦੇ ਵਿੱਚ ਸਾਨੂੰ ਅਸੀਂ 24 ਘੰਟੇ ਅਵੇਲੇਬਲ ਆ ਤੁਸੀਂ ਕਦੇ ਵੀ ਸਾਨੂੰ ਕਾਲ ਕਰ ਸਕਦੇ ਮੈਂ ਮੋਟਾ ਜਿਹਾ ਤੁਹਾਨੂੰ ਹਿਸਾਬ ਦੱਸਦਾ ਇਹਨਾਂ ਦਾ ਮਸਲਾ ਪਤਾ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਥਾਂ ਤੇ ਗੱਡੀ ਮਿਲ ਰਹੀ ਆ ਇਹਨਾਂ ਨੂੰ ਮੈਂ ਪੁੱਛ ਲਿਆ ਇਹਦੇ ਕਿਹੜਾ ਸਵਾਲ ਇਹਨਾਂ ਨੇ ਆਪਾਂ ਨੂੰ ਦੱਸਣਾ ਕਿਉਂਕਿ ਇਹਨਾਂ ਦੀ ਚਲੋ ਜੋ ਵੀ ਪਰਸਨਲ ਗੱਲਾਂ ਆਪਾਂ ਕਦੋਂ ਕਰਨੀਆਂ ਨੇ ਨਾ ਆਪਾਂ ਨੂੰ ਗੱਡੀ ਨੇ ਦਵਾ ਦੇਣੀ ਇੱਥੇ ਏਜੰਸੀ ਗੱਡੀ ਤੁਸੀਂ ਉਹ ਏਜੰਸੀ ਵਿੱਚ ਲੈਣੀ ਹੈ ਤੁਹਾਨੂੰ ਦਵਾ ਦੇਣੀ ਤੁਹਾਡੇ ਕੋਲ ਗੱਡੀ ਕਨਫਰਮ ਹੋ ਗਈ ਤੁਸੀਂ ਲੈਣੀ ਤੁਹਾਡੇ ਕੋਲ ਪੇਮੈਂਟ ਡਨ ਆ ਨਾ ਮਤਲਬ ਤੁਹਾਨੂੰ ਗੱਡੀ ਏਜੰਸੀ ਦੇ ਵਿੱਚੋਂ ਚਾਬੀ ਉੱਥੇ ਐਂ ਜੇ ਕਰਾ ਕੇ ਉੱਥੋਂ ਦੇ ਰਿਹਾ ਗੱਡੀ ਵਿੱਚ ਕਰਾ ਦਾਂਗੇ ਉੱਥੇ ਟਿਕਾ ਦਿਆਂਗੇ ਠੀਕ ਹੈ ਨਾ ਤੇ ਹੋਰ ਕੋਲੋਂ ਮਤਲਬ ਇਦਾਂ ਨਹੀਂ ਹੈਗਾ ਵੀ ਜਿਹੜੀ ਕਾਰਾਂ ਤੇ ਡਿਸਕਾਊਂਟ ਆ ਮਤਲਬ ਉਹ ਕਾਰ ਤੁਸੀਂ ਟਰਾਈ ਕਰਕੇ ਆਓ ਅਸੀਂ ਉਹਨੂੰ ਕੰਪਨੀ ਨਾਲੋਂ ਵੱਧ ਡਿਸਕਾਊਂਟ ਦੇਵਾਂਗੇ ਤੁਹਾਨੂੰ ਜਿਹੜੀ ਕਾਰ ਤੇ ਡਿਸਕਾਊਂਟ ਆ ਤੇ ਜਿਹੜੀ ਕਾਰ ਤੇ ਡਿਸਕਾਊਂਟ ਨਹੀਂ ਹੈਗਾ ਚਲੋ ਆਪਾਂ ਦੇ ਨਹੀਂ ਸਕਦੇ ਹੈਗੇ ਜਿਹੜੀ ਕਾਰ ਤੇ ਡਿਸਕਾਊਂਟ ਹੈਗਾ ਉਹ ਤੋਂ ਜੇ ਮਤਲਬ ਕੰਪਨੀ 20,000 ਦਿੰਦੀ ਹੈ ਤਾਂ ਮੈਂ 40 ਦਊਂਗਾ ਇਹਦੀ ਮੇਰੀ ਗਰੰਟੀ ਹੈ ਠੀਕ ਹੈ ਨਾ ਟਰਾਈ ਮਾਰ ਕੇ ਆਓ ਪਰ ਸੱਚਾਈ ਦੱਸੋ ਵੀ ਹਾਂਜੀ ਸਾਨੂੰ ਇੰਨੀ ਦੀ ਗੱਡੀ ਪੈਂਦੀ ਆ ਤੇ ਸਾਨੂੰ ਦੱਸੋ ਅਸੀਂ ਤੁਹਾਨੂੰ ਉਸ ਤੋਂ 10-20,000 ਸਸਤੀ ਦੇਵਾਂਗੇ ਮਹਿੰਗੀ ਨਹੀਂ ਦਿੰਦੇ ਹੈਗੇ ਇੱਕ ਵਾਰੀ ਪਲੀਜ਼ ਵਿਜ਼ਿਟ ਕਰੋ ਦੇਖੋ ਬਣਾ ਕੇ ਇੱਕ ਮਲਟੀ ਹੁੰਦਾ ਨਾ ਬੰਦਾ ਮਲਟੀ ਡੀਲਰ ਆ ਸ਼ਾਹ
ਬੜੀਆਂ ਥਾਂ ਸਾਰੀਆਂ ਮਤਲਬ ਗੱਡੀਆਂ ਆਲ ਓਵਰ ਇੰਡੀਆ ਆਪਣਾ ਕੰਟੈਕਟ ਹੈ ਜੀ, ਇੱਕ ਵਾਰੀ ਤੁਸੀਂ ਮਿਲੋਗੇ ਵਰਤੋਗੇ ਫਿਰ ਤੁਹਾਨੂੰ ਪਤਾ ਲੱਗਣਾ ਹੈ। ਹੁਣ ਮੈਂ ਆਪਣੇ ਮੂੰਹ ਤੋਂ ਜਿੰਨੀ ਮਰਜ਼ੀ ਗੱਲਾਂ ਕਰੀ ਜਾਵਾਂ, ਦੂਜੀ ਗੱਡੀ ਛੱਡੀ ਇੱਥੋਂ, ਪਹਿਲਾਂ ਸਕੋਰਪੀਓ ਗਈ ਹੁਣ ਦੂਜੀ ਗਈ, ਦੂਜੀ ਤੇ ਭਾਰੇ ਸਰਕਲ ਦੇ ਵਿੱਚ ਵੀ ਗੱਡੀਆਂ ਗਈਆਂ ਨੇ, ਬੜੇ ਬੰਦਿਆਂ ਕੋਲ ਗਈਆਂ ਆਪਣੀ ਜਾਣ ਪਛਾਣ ਵਾਲੇ ਚੇਤੇ ਜਾਂ ਜਾਂਦੇ ਨੇ ਆ ਕੇ ਟਾਈਮ ਮਿਲਦੀਆਂ ਨਹੀਂ। ਬਿਲਕੁਲ ਜੀ ਬਿਲਕੁਲ, ਆਪਾਂ ਹਾਲੇ ਆਹ ਸੀਜ਼ਨ ਆਉਣ ਵਾਲਾ, ਬੜੀ ਪ੍ਰੋਬਲਮ ਹੋਣੀ, ਬਹੁਤ ਪ੍ਰੋਬਲਮ ਬੜੀ। ਹੁਣ ਇਹ ਵੀ ਇਹ ਪ੍ਰੋਬਲਮ ਸਾਨੂੰ ਮੋਟੇ ਵਿਆਹ ਦੀ ਬੁਕਿੰਗ ਸੀ 6 ਮਹੀਨੇ ਮਾਰ ਕੇ, ਉਹ ਕਹਿੰਦਾ ਨਾ ਭਾ ਹਜੇ 4 ਮਹੀਨੇ ਨਹੀਂ ਮਿਲਦੀ, ਤਾਂ ਇੱਥੇ ਆਏ ਸੀ ਆਪਾਂ ਚਲੋ ਬਾਕੀ ਗੱਡੀ ਵਿਖਾਉਣੇ ਤੁਹਾਨੂੰ। ਹਾਂਜੀ ਤੇ ਆਇਓ ਆ ਜੀ, ਤੁਸੀਂ ਵੇਖ ਸਕਦੇ ਹੋ ਗੱਡੀ ਪਹੁੰਚ ਚੁੱਕੀ ਹੈ ਆਪਣੇ ਦਰਮਿਆਨ। ਮੋਟੋ ਖੁਸ਼? ਹਾਂ ਬਹੁਤ ਖੁਸ਼। ਟੇਬਲ ਆਰੋ ਚੱਲ ਹੈ, ਹੈਲੋ, ਇੱਕੋ ਜੀਆਂ ਹੋਈਆਂ ਦੋ ਯਾਰ, ਟੇਬਲ ਆਰੋ ਕੋਈ ਚੱਲ ਆਪਣੀ ਖੜੀ ਹੈ ਨਾ, ਬੜੀ ਛੋਟੀ ਦੋ ਨਾਲ ਆਪਣੀ ਖੜੀ ਆ, ਤੇ ਉਹਦੇ ਅਰਗੀ ਇੱਕ ਹੋਰ ਹੋ ਗਈ। ਹੋਰ ਮਾਸਟਰ ਜੀ ਠੀਕ ਹੈ, ਕਿਵੇਂ ਫਿਰ ਜੱਜ ਗਈ? ਜੱਜ ਜੀ ਵਧਾਈਆਂ, ਗੱਡੀ ਫਿਰ ਘੈਂਟ ਆ? ਹਾਂ ਘੈਂਟ, ਵਧਾਈਆਂ ਤੁਹਾਨੂੰ ਸਵਾ ਸਵਾ ਵੱਡਿਆਂ ਨੂੰ। ਭਾਈ ਫਿਰ ਆ ਗਿਆ ਨੀ ਯਾਰ? ਵਧਾਈਆਂ ਬਾਈ ਤੁਹਾਨੂੰ ਵੀ, ਬਹੁਤ ਬਹੁਤ ਧੰਨਵਾਦ। ਕੀ ਲੱਭਦੇ ਪੈ? ਹੁਣ ਨੀ ਦਿੰਦੇ ਲੱਗਦਾ ਇਹ। ਚੋਕਲੇਟ ਨਹੀਂ ਲੱਭੇ, ਚੋਕਲੇਟ ਲਓ ਜੀ। ਫਾਈਨਲੀ ਘਰ ਵਾਲ ਨੂੰ ਜਾਂਦੇ ਹੋਏ ਮਾੜਾ ਜਿਹਾ ਇਹਨਾਂ ਦਾ ਰਾਹ ਦੇ ਉੱਤੋਂ, ਵਾਹ ਜੀ ਵਾਹ, ਇੱਧਰ ਵੇਖੋ ਤੁਸੀਂ ਰਾਹ ਦੇ ਵਿੱਚ ਤੇਲ ਲੈ ਕੇ ਖੜ੍ਹੇ ਹੋਏ ਸਾਰਾ ਪਰਿਵਾਰ। ਲਓ ਜੀ ਤੇਲ ਚਵਾਈ ਹੋ ਚੁੱਕੀ ਹੈ, ਸਰਦਾਰ ਸਾਹਿਬ ਵੇਖੋ ਉਤਰਦੇ ਹੋਏ ਹੌਲੀ ਜੇ ਗੱਡੀ 'ਚੋਂ। ਚਲੋ ਚਾਹ ਹੀ ਹੁੰਦਾ ਬਾਈ ਨਵੇਂ ਸੰਦ ਆ, ਇਹ 'ਚ ਕਿਹੜੀ ਗੱਲ ਆ। ਨਾਲੇ ਇਹਨਾਂ ਨੇ ਬੜੇ ਟਾਈਮ ਬਾਅਦ ਇੱਕ ਸੰਦ ਵਿਚਾਰੇ ਨਵਾਂ ਲਿਆਂਦਾ ਹੁਣ, ਐਰਕੀ ਪਹਿਲਾਂ ਤਾਂ ਬਾਹਲੀ ਮਿਹਨਤ ਕੀਤੀ ਭਾਅ ਜੀ ਉਹਨਾਂ ਨੇ, ਚਾਹੀਦਾ ਵੀ ਹੁਣ ਲੈ ਮੋੜ ਕੇ ਤੇ ਭਾਊ ਆਰਾਮ ਨਾਲ ਮੋੜ ਲਿਓ, ਅਤੇ ਇਹ ਨਾ ਹੋਵੇ ਕਿਤੇ ਪੋਲੇ ਜਾਂ ਨਵੀਂ ਨਹੀਂ ਸਕਰੈਚ ਪੈ ਜਾਣ। ਹਾਂਜੀ ਹਾਂਜੀ, ਉਹ ਆਉਣ ਦੇ ਬੈ ਕਿਉਂ ਐਂ ਦੱਸਦੇ ਹੁੰਦੇ ਜਦੋਂ ਨਵੀਂ ਗੱਡੀ ਘਰ ਆਉਂਦੀ ਆ ਸਾਰੇ ਜਾਣੇ, ਲੈ ਵੀ ਟੱਬਰ ਸਾਰਾ ਹੀ ਦੱਸਣ ਦਿਆ ਅੱਗੋਂ ਇੰਟਰੋਡਕਸ਼ਨ ਦੇ ਦਿਆ ਵੀ ਐਂ ਨੂੰ ਲਿਆ, ਇੰਨੇ ਕੁ ਫਰਕ ਹੈ, ਇੰਨਾ ਕੁ ਫਰਕ ਹੈ, ਇੱਧਰ ਨੂੰ ਲਿਆ ਉੱਧਰ ਨੂੰ ਲਿਆ, ਲੈ ਕਿਉਂ ਇਹ ਹਟਦੇ ਕਿਤੇ ਹੱਥ ਕਰਾਉਣ, ਮਾੜਾ ਜਿਹਾ ਐਂ ਨੂੰ ਰੱਖ, ਉਹ ਰੋਕੋ ਰੋਕੋ ਰੋਕੋ, ਇਹ ਕਿਤੇ ਐਂ ਨੂੰ ਲਓ ਐਂ ਨੂੰ ਲਓ, ਮਾੜਾ ਜਿਹਾ ਬੂਹਾ ਤੰਗ ਆ ਅਤੇ ਉਹਦੇ ਕਰਕੇ ਔਖਾ ਹੁੰਦਾ ਕੰਮ। ਅਤੇ ਲਓ ਜੀ ਹੁਣ ਫਾਈਨਲੀ ਇਹ ਘਰ ਪਹੁੰਚ ਚੁੱਕੇ ਨੇ, ਸਾਰਾ ਟੱਬਰ ਕੋਈ ਬਾਗੋ ਬਾਗ ਇਹਨਾਂ ਦਾ ਖੁਸ਼ ਪੂਰਾ ਗੱਡੀ ਪਰ। ਇਹਨਾਂ ਨੂੰ ਐਂ ਨਾ ਵੀ ਜ਼ਿਆਦਾ ਮਿਹਨਤ ਅਤੇ ਜਾਂ ਫਿਰ ਮਾੜਾ ਜਿਹਾ ਬੈਂਕਾਂ ਬੁੰਕਾਂ 'ਤੇ ਧੱਕੇ ਨਹੀਂ ਖਾਣੇ ਪਏ, ਅਤੇ ਤਾਂ ਕਰਕੇ ਇਹਨਾਂ ਨੇ ਸੌਖੀ ਗੱਡੀ ਆਪਾਂ ਚਲੋ ਪ੍ਰੋਵਾਈਡ ਕਰਾਤੀ। ਅਤੇ ਵਧੀਆ ਭਰਾ ਉਹਨਾਂ ਦਾ, ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਗੱਡੀ ਆਪਾਂ ਨੂੰ ਸੌਖੀ ਪ੍ਰੋਵਾਈਡ ਕਰਾਤੀ, ਅਤੇ ਇਸੇ ਦੇ ਨਾਲ ਗੱਡੀ ਐਂਟਰ ਹੋ ਚੁੱਕੀ ਹੈ। ਅਤੇ ਬਾਕੀ ਮਿਲਦੇ ਨੈਕਸਟ ਵਲੋਗ 'ਚ, ਬਾਏ ਬਾਏ ਟਾਟਾ। ਵਲੋਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ।